ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਤੰਦ ਅਸ ਜੀ ਕਿ ਮੋਹਾਲੀ ਦੇ ਵਿੱਚ ਵੱਡਾ ਇੰਕਾਊਂਟਰ ਕੀਤਾ ਗਿਆ ਸੋ ਪੁਲਿਸ ਦੇ ਵੱਲੋਂ ਇੱਕ ਹੋਰ ਇੰਕਾਊਂਟਰ ਨੂੰ ਉਜਾਬ ਦਿੱਤਾ ਗਿਆ ਸੋ ਮਾਮਲਾ ਮੋਹਾਲੀ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਪੁਲਿਸ ਮੁਕਾਬਲਾ ਹੋਇਆ ਇਸ ਦੌਰਾਨ ਗੈਂਗਸਟਰ ਦਾ ਇੰਕਾਊਂਟਰ ਕੀਤਾ ਗਿਆ ਸੋ ਮੋਹਾਲੀ ਦੇ ਸੀਆਈ ਸਟਾਫ ਨੂੰ ਵੱਡੀ ਕਾਮਯਾਬੀ ਮਿਲੀ ਹੈ ਸੋ ਮੋਹਾਲੀ ਦਾਉਂ ਸੈਦ ਕੋਲ ਗੈਂਗਸਟਰ ਪ੍ਰਿੰਸ ਚੋਹਾਨ ਅਤੇ ਮੋਹਾਲੀ ਪੁਲਿਸ ਦਾ ਵਿੱਚ ਇਹ ਮੁਕਾਬਲਾ ਹੋਇਆ ਹੈ ਗੋਲੀ ਲਗੜ ਕਾਨ ਇੱਕ ਵਿਅਕਤੀ ਗੰਭੀਰ ਜ਼ਖਮੀ ਹੋਇਆ ਅਤੇ ਇਸ ਦੇ ਨਾਲ ਹੀ ਇਹ ਵੀ ਤੁਹਾਨੂੰ ਦੱਸਦੀ ਕਿ ਇਹਨਾਂ ਦੇ ਕੋਲੋਂ ਦੋ ਆਟੋਮੈਟਿਕ ਹਥਿਆਰ ਵੀ ਬਰਾਮਦ ਹੋਏ ਨੇ ਸੋ ਜਾਣਕਾਰੀ ਮਿਲੀ ਹੈ ਕਿ ਮੋਟਰਸਾਈਕਲ ਤੇ ਉਤੇ ਸਵਾਰ ਇਹ ਦੋਨੋਂ ਜੋ ਨੌਜਵਾਨ ਨੇ ਬਦਮਾਸ਼ ਨੇ ਕੁਮਰੇਜੀ ਦੂਜੇ ਪਾਸੇ ਇਸ ਪੂਰੇ ਮਾਮਲੇ ਦੀ ਗੱਲ ਕਰੀ ਹੈ ਤਾਂ ਇਸ ਪੂਰੇ ਮਾਮਲੇ ਦੀ ਅਗਵਾਈ ਫਿਲਹਾਲ ਤੋਂ ਦੱਸਦੀ ਕਿ ਪੂਰੇ ਮਾਮਲੇ ਦੀ ਜੋ ਅਗਵਾਈ ਹੈ ਗੁਰਸ਼ੇਰ ਸੰਧੂ ਡੀਐਸਪੀ ਅਤੇ ਇਸ ਦੇ ਨਾਲ ਹੀ ਸੀਆਈ ਸਟਾਫ ਦੇ ਇੰਚਾਰਜ ਕਰ ਰਹੇ ਨੇ ਆਪਰੇਸ਼ਨ ਨੂੰ ਲੀਡ ਕੀਤਾ ਜਾ ਰਿਹਾ ਹੈ ਇੱਕ ਮੁਲਜ਼ਮ ਮਸਬੱਚਿਆ ਫਿਲਹਾਲ ਤੋਂ ਦੱਸਦੇ ਕਿ ਇੱਕ ਮੁਲਜ਼ਮ ਦੀ ਲੱਤ ਦੇ ਵਿੱਚ ਗੋਲੀ ਲੱਗਣ ਦੀ ਖਬਰ ਮਿਲੀ ਹੈ ਦੂਜੇ ਪਾਸੇ ਤੋਂ ਉਹਨੂੰ ਇਹ ਵੀ ਦੱਸ ਦਈਏ ਕਿ ਕ੍ਰਾਸ ਫਾਇਰਿੰਗ ਕੀਤੀ ਗਈ ਹੈ ਜੋ ਦੋਸ਼ੀ ਨੇ ਉਹਨਾਂ ਦੇ ਵੱਲੋਂ ਵੀ ਫਾਇਰਿੰਗ ਕੀਤੀ ਗਈ ਹੈ ਪਰ ਫਿਲਹਾਲ ਜੋ ਪੁਲਿਸ ਹੈ ਪੁਲਿਸ ਦੇ ਵੱਲੋਂ ਮੌਕੇ ਤੇ ਇੱਕ ਜੋ ਨੌਜਵਾਨ ਹੈ ਇੱਕ ਗੈਂਗਸਟਰ ਹੈ ਉਸ ਨੂੰ ਠੇਰ ਕਰ ਦਿੱਤਾ ਗਿਆ ਜਦਕਿ ਦੂਜਾ ਜ਼ਖਮੀ ਹੋਇਆ ਦੂਜੇ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਸਤੰਦਾਜੀ ਕੀ ਮੋਹਾਲੀ ਦੇ ਵਿੱਚ ਵੱਡਾ ਇੰਕਾਊਂਟਰ ਕੀਤਾ ਗਿਆ ਸੋ ਪੁਲਿਸ ਦੇ ਵੱਲੋਂ ਇੱਕ ਹੋਰ ਇੰਕਾਊਂਟਰ ਨੂੰ ਜਾਂਬ ਦਿੱਤਾ ਗਿਆ ਸੋ ਮਾਮਲਾ ਮੋਹਾਲੀ ਤੋਂ ਸਾਹਮਣੇ ਆ ਰਿਹਾ ਜਿੱਥੇ ਗੈਂਗਸਟਰ ਅਤੇ ਪੁਲਿਸ ਵਿਚਾਲੇ ਪੁਲਿਸ ਮੁਕਾਬਲਾ ਹੋਇਆ ਇਸ ਦੌਰਾਨ ਗੈਂਗਸਟਰ ਦਾ ਇੰਕਾਊਂਟਰ ਕੀਤਾ ਗਿਆ ਸੋ ਮੋਹਾਲੀ ਦੇ ਸੀਆਈ ਸਟਾਫ ਨੂੰ ਵੱਡੀ ਕਾਮਯਾਬੀ ਮਿਲੀ ਹੈ ਸੋ ਮੋਹਾਲੀ ਦਾਉ ਸੈਦ ਕੋਲ ਗੈਂਗਸਟਰ ਪ੍ਰਿੰਸ ਚੋਹਾਨ ਅਤੇ ਮੋਹਾਲੀ ਪੁਲਿਸ ਦਾ ਵਿੱਚ ਇਹ ਮੁਕਾਬਲਾ ਹੋਇਆ ਹੈ ਗੋਲੀ ਲਗੜ ਕਨ ਇੱਕ ਵਿਅਕਤੀ ਗੰਭੀਰ ਜ਼ਖਮੀ ਹੋਇਆ ਅਤੇ ਇਸ ਦੇ ਨਾਲ ਹੀ ਇਹ ਵੀ ਤੁਹਾਨੂੰ ਦੱਸਦੀ ਕਿ ਇਹਨਾਂ ਦੇ ਕੋਲੋਂ ਦੋ ਆਟੋਮੈਟਿਕ ਹਥਿਆਰ ਵੀ ਬਰਾਮਦ ਹੋਏ ਨੇ ਸੋ ਜਾਣਕਾਰੀ ਮਿਲੀ ਹੈ ਕਿ ਮੋਟਰਸਾਈਕਲ ਤੇ ਉੱਤੇ ਸਵਾਰ ਇਹ ਦੋਨੋਂ ਜੋ ਨੌਜਵਾਨ ਨੇ ਬਦਮਾਸ਼ ਨੇ ਕੁਮਰੇ ਸੀ ਦੂਜੇ ਪਾਸੇ ਇਸ ਪੂਰੇ ਮਾਮਲੇ ਦੀ ਗੱਲ ਕਰੀਏ ਤਾਂ ਇਸ ਪੂਰੇ ਮਾਮਲੇ ਦੀ ਅਗਵਾਈ ਫਿਲਹਾਲ ਤੋਂ ਦੱਸਦੀ ਕਿ ਪੂਰੇ ਮਾਮਲੇ ਦੀ ਜੋ ਅਗਵਾਈ ਹੈ ਗੁਰਸ਼ੇਰ ਸੰਧੂ ਡੀਐਸਪੀ ਅਤੇ ਇਸ ਦੇ ਨਾਲ ਹੀ ਸੀਆਈ ਸਟਾਫ ਦੇ ਇੰਚਾਰਜ ਕਰ ਰਹੇ ਨੇ ਆਪਰੇਸ਼ਨ ਨੂੰ ਲੀਡ ਕੀਤਾ ਜਾ ਰਿਹਾ ਹੈ ਇੱਕ ਮੁਲਜ਼ਮ ਮਸਬੱਜਿਆ ਫਿਲਹਾਲ ਤੋਂ ਅੰਦਾਜ਼ਾ ਹੈ ਕਿ ਇੱਕ ਮੁਲਜ਼ਮ ਦੀ ਲੱਤ ਦੇ ਵਿੱਚ ਗੋਲੀ ਲੱਗਣ ਦੀ ਖਬਰ ਮਿਲੀ ਹੈ ਦੂਜੇ ਪਾਸੇ ਤੋਂ ਉਹਨੂੰ ਇਹ ਵੀ ਦੱਸ ਦਈਏ ਕਿ ਕ੍ਰਾਸ ਫਾਇਰਿੰਗ ਕੀਤੀ ਗਈ ਹੈ ਜੋ ਦੋਸ਼ੀ ਨੇ ਉਹਨਾਂ ਦੇ ਵੱਲੋਂ ਵੀ ਫਾਇਰਿੰਗ ਕੀਤੀ ਗਈ ਹੈ ਪਰ ਫਿਲਹਾਲ ਜੋ ਪੁਲਿਸ ਹੈ ਪੁਲਿਸ ਦੇ ਵੱਲੋਂ ਮੌਕੇ ਤੇ ਇੱਕ ਜੋ ਨੌਜਵਾਨ ਹੈ ਇੱਕ ਗੈਂਗਸਟਰ ਹੈ ਉਸ ਨੂੰ ਠੇਰ ਕਰ ਦਿੱਤਾ ਗਿਆ ਜਦਕਿ ਦੂਜਾ ਜ਼ਖਮੀ ਹੋਇਆ ਦੂਜੇ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਤੰਦ ਆਜ਼ ਜੀ ਕਿ ਮੋਹਾਲੀ ਦੇ ਵਿੱਚ ਵੱਡਾ ਇੰਕਾਊਂਟਰ ਕੀਤਾ ਗਿਆ ਸੋ ਪੁਲਿਸ ਦੇ ਵੱਲ ਇੱਕ ਹੋਰ ਇੰਕਾਊਂਟਰ ਨੂੰ ਅੰਜਾਮ ਦਿੱਤਾ ਗਿਆ ਸੋ ਮਾਮਲਾ ਮੋਹਾਲੀ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਪੁਲਿਸ ਮੁਕਾਬਲਾ ਹੋਇਆ ਇਸ ਦੌਰਾਨ ਗੈਂਗਸਟਰ ਦਾ ਇੰਕਾਊਂਟਰ ਕੀਤਾ ਗਿਆ ਸੋ ਮੋਹਾਲੀ ਦੇ ਸੀਆਈ ਸਟਾਫ ਨੂੰ ਵੱਡੀ ਕਾਮਯਾਬੀ ਮਿਲੀ ਹੈ ਸੋ ਮੋਹਾਲੀ ਦਾਉ ਸੈਦ ਕੋਲ ਗੈਂਗਸਟਰ ਪ੍ਰਿੰਸ ਚੋਹਾਨ ਅਤੇ ਮੋਹਾਲੀ ਪੁਲਿਸ ਦਾ ਵਿੱਚ ਇਹ ਮੁਕਾਬਲਾ ਹੋਇਆ ਗੋਲੀ ਲਗੜ ਕਾਨ ਇੱਕ ਵਿਅਕਤੀ ਗੰਭੀਰ ਜ਼ਖਮੀ ਹੋਇਆ ਅਤੇ ਇਸ ਦੇ ਨਾਲ ਹੀ ਇਹ ਵੀ ਤੁਹਾਨੂੰ ਦੱਸਦੀ ਕਿ ਇਹਨਾਂ ਦੇ ਕੋਲੋਂ ਦੋ ਆਟੋਮੈਟਿਕ ਹਥਿਆਰ ਵੀ ਬਰਾਮਦ ਹੋਏ ਨੇ ਸੋ ਜਾਣਕਾਰੀ ਮਿਲੀ ਹੈ ਕਿ ਮੋਟਰਸਾਈਕਲ ਤੇ ਉਤੇ ਸਵਾਰ ਇਹ ਦੋਨੋਂ ਜੋ ਨੌਜਵਾਨ ਨੇ ਬਦਮਾਸ਼ ਨੇ ਕੁਮਰੇ ਸੀ ਦੂਜੇ ਪਾਸੇ ਇਸ ਪੂਰੇ ਮਾਮਲੇ ਦੀ ਗੱਲ ਕਰੀਏ ਤਾਂ ਇਸ ਪੂਰੇ ਮਾਮਲੇ ਦੀ ਅਗਵਾਈ ਫਿਲਹਾਲ ਤੋਂ ਦੱਸਦੀ ਕਿ ਪੂਰੇ ਮਾਮਲੇ ਦੀ ਜੋ ਅਗਵਾਈ ਹੈ ਗੁਰਸ਼ੇਰ ਸੰਧੂ ਡੀਐਸਪੀ ਅਤੇ ਇਸ ਦੇ ਨਾਲ ਹੀ ਸੀਆਈ ਸਟਾਫ ਦੇ ਇੰਚਾਰਜ ਕਰ ਰਹੇ ਨੇ ਆਪਰੇਸ਼ਨ ਨੂੰ ਲੀਡ ਕੀਤਾ ਜਾ ਰਿਹਾ ਹੈ ਇੱਕ ਮੁਲਜ਼ਮ ਮਸਾ ਬਚਿਆ ਫਿਲਹਾਲ ਤੋਂ ਦੱਸ ਦਈਏ ਕਿ ਇੱਕ ਮੁਲਜ਼ਮ ਦੀ ਲੱਤ ਦੇ ਵਿੱਚ ਗੋਲੀ ਲੱਗਣ ਦੀ ਖਬਰ ਮਿਲੀ ਹੈ ਦੂਜੇ ਪਾਸੇ ਤੋਂ ਉਹਨੂੰ ਇਹ ਵੀ ਦੱਸ ਦਈਏ ਕਿ ਕ੍ਰਾਸ ਫਾਇਰਿੰਗ ਕੀਤੀ ਗਈ ਹੈ ਜੋ ਦੋਸ਼ੀ ਨੇ ਉਹਨਾਂ ਦੇ ਵੱਲੋਂ ਵੀ ਫਾਇਰਿੰਗ ਕੀਤੀ ਗਈ ਹੈ ਪਰ ਫਿਲਹਾਲ ਜੋ ਪੁਲਿਸ ਹੈ ਪੁਲਿਸ ਦੇ ਵੱਲੋਂ ਮੌਕੇ ਤੇ ਇੱਕ ਜੋ ਨੌਜਵਾਨ ਹੈ ਇੱਕ ਗੈਂਗਸਟਰ ਹੈ ਉਸ ਨੂੰ ਠੇਰ ਕਰ ਦਿੱਤਾ ਗਿਆ ਜਦਕਿ ਦੂਜਾ ਜ਼ਖਮੀ ਹੋਇਆ ਦੂਜੇ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ